ਜਾ ਕੇ ਮਹਾਰਾਜ ਰਵਿਦਾਸ ਜੀ ਦੀ ਕੁਟੀਆ ਦੇ ਅੱਗੇ ਬੋਲਦਾ, ਕਹਿੰਦਾ ਆਦੇਸ਼। ਜਦੋਂ ਐ ਹੋਕਾ ਲਾਇਆ ਨਾ, ਅੰਦਰੋਂ ਨਿਕਲ ਕੇ ਮਹਾਰਾਜ ਰਵਿਦਾਸ ਜੀ ਆਏ। ਜਦੋਂ ਆਏ, ਆਓ ਸਤਿਪੁਰਸ਼ੋ, ਉਹ ਮੇਰੇ ਧੰਨ ਭਾਗ। ਮਹਾਰਾਜ ਰਵਿਦਾਸ ਜੀ ਕਹਿੰਦੇ ਮੇਰੇ ਧੰਨ ਭਾਗ ਗਰੀਬ ਦੀ ਕੁਟੀਆ ਨੂੰ ਭਾਗ ਲਾਏ, ਮੇਰੇ ਗਰੀਬ ਦੀ ਕੁਟੀਆ ਚ ਆਏ ਹੋ। ਮਹਾਰਾਜ ਜੀ ਆ ਜਾਓ, ਅੰਦਰ ਆ ਜਾਓ। ਮਹਾਰਾਜ ਰਵਿਦਾਸ ਜੀ ਉਹ ਸਾਧੂ ਨੂੰ ਆਏ ਅੰਦਰ ਲੈ ਗਏ। ਜਦੋਂ ਅੰਦਰ ਲੈ ਕੇ ਗਏ, ਹੱਕਾ ਬੱਕਾ ਰਹਿ ਗਿਆ ਸਾਧੂ। ਕਹਿੰਦਾ ਮਹਾਰਾਜ, ਕਹਿੰਦਾ ਐਡਾ ਵੱਡਾ ਨਾਮ, ਤੁਹਾਡਾ ਨਾਮ ਸੁਣ ਕੇ ਮੈਂ ਤੁਹਾਡੇ ਦਰਸ਼ਨ ਕਰਨ ਆਇਆ, ਮੈਂ ਹੈਰਾਨ ਹਾਂ। ਮਹਾਰਾਜ ਰਵਿਦਾਸ ਜੀ ਕਹਿੰਦੇ ਹੈਰਾਨ ਕਿਸ ਗੱਲੋਂ ਬਈ, ਕੀ ਹੋਇਆ ਤੈਨੂੰ, ਹੈਰਾਨ ਕਿਸ ਗੱਲੋਂ? ਕਹਿੰਦੇ ਐਡਾ ਵੱਡਾ ਨਾਮ ਤੁਹਾਡਾ, ਐਡੇ ਵੱਡੇ ਮਹਾਂਪੁਰਸ਼, ਮਿੱਟੀ ਦੀਆਂ ਕੰਧਾਂ, ਕਾਨਿਆਂ ਦੀ ਛੱਤ, ਜਿਨ੍ਹਾਂ ਦਾ ਤੁਹਾਡੇ ਵਰਗਾ ਨਾਮ ਹੈ, ਉਹਨਾਂ ਦੇ ਤਾਂ ਆਸ਼ਰਮ ਹੀ ਬੜੇ ਵੱਡੇ ਵੱਡੇ ਨੇ, ਉਹਨਾਂ ਦੇ ਤਾਂ ਮੰਦਰ ਹੀ ਬੜੇ ਵੱਡੇ ਵੱਡੇ ਹੁੰਦੇ ਨੇ। ਮਹਾਰਾਜ ਜੀ, ਕਮਾਲ ਦੀ ਗੱਲ ਏ।